ਗੱਲ ਕਰਾਂਗੇ ਪਬਜੀ ਦੀ ਜੇਕਰ ਤੁਹਾਡੇ ਵੀ ਬੱਚੇ ਪਬਜੀ ਖੇਡਣ ਦੇ ਸ਼ੌਕੀਨ ਨੇ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਇੱਕ ਮਾਮਲਾ ਅਜੀਹਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨਬਾਲਗ ਬੱਚੇ ਨੇ ਆਪਣੇ ਮਾਪਿਆਂ ਦੇ 16 ਲੱਖ ਰੁਪਏ ਪਬਜੀ ਖੇਡਦੇ ਹੋਏ ਉਡਾ ਦਿੱਤੇ ਕੀ ਹੈ ਇਹ ਸਾਰਾ ਮਾਮਲਾ ਤੁਸੀਂ ਵੀ ਦੇਖੋ ਕੋਈ ਸਮਾਂ ਸੀ ਜਦੋਂ ਪੰਜਾਬ ਦੀਆਂ ਖੇਡਾਂ ਦੁਨੀਆ ਭਰ ਦੇ ਵਿੱਚ ਜਾਣੀਆਂ ਜਾਂਦੀਆਂ ਸੀ ਪਰ ਸਮਾਂ ਬਦਲਿਆ ਪੱਛਮੀ ਖੇਡਾਂ ਨੇ ਪੰਜਾਬ ਦੀਆਂ ਖੇਡਾਂ ਦੇ ਉੱਤੇ ਜਿਹੜਾ ਉਹ ਆਪਣਾ ਹੌਮੇ ਦਾਵਾ ਜਿਹੜਾ ਜਤਾਉਣਾ ਸ਼ੁਰੂ ਕਰ ਦਿੱਤਾ ਔਰ ਪੰਜਾਬ ਦੇ ਜਿਹੜੇ ਨੌਜਵਾਨ ਸੀ ਪੰਜਾਬ ਦੇ ਜਿਹੜੇ ਬੱਚੇ ਸੀ ਉਹ ਵਰਚੁਅਲ ਦੁਨੀਆ ਵੱਲ ਚਲੇ ਗਏ ਔਰ ਉਹਨਾਂ ਨੇ ਜਿਹੜੀਆਂ ਵੀਡੀਓ ਗੇਮ ਖੇਡਦੀਆਂ ਸ਼ੁਰੂ ਕਰ ਦਿੱਤੀਆਂ ਅਜਈਆਂ ਗੇਮਾਂ ਜਿਹੜੀਆਂ ਉਹ ਲੋਕਾਂ ਦੇ ਲਈ ਜਾਨਲੇਵਾ ਵੀ ਸਾਬਤ ਹੋਈਆਂ ਕਈ ਬੱਚਿਆਂ ਦੀਆਂ ਜਿਹੜੀਆਂ ਉਹ ਜਾਨਾਂ ਵੀ ਗਈਆਂ ਔਰ ਨਾਲ ਦੀ ਨਾਲ ਹੀ ਕਈ ਅਜਈਆਂ ਗੇਮਾਂ ਵੀ ਸੀ ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਤੇ ਬੱਚਿਆਂ ਦੇ ਜਿਹੜੇ ਕਹਿ ਲਈਏ ਕਿ ਸੁਪਨੇ ਵੀ ਤੋੜੇ ਦੇ ਨਾਲ ਦੀ ਨਾਲ ਹੀ ਪੈਸੇ ਦੀ ਜਿਹੜੀ ਆ ਬਰਬਾਦੀ ਵੀ ਕੀਤੀ ਅਜਿਹੀ ਇੱਕ ਗੇਮ ਹੁਣ ਪਬਜੀ ਬਣਦੀ ਹੋਈ ਨਜ਼ਰ ਆ ਰਹੀ ਹੈ ਉਹ ਕਿਵੇਂ ਅੱਜ ਸਾਡੇ ਨਾਲ ਅਜਿਹਾ ਇੱਕ ਪਰਿਵਾਰ ਹੈ ਜਿਨ੍ਹਾਂ ਤੇ ਇਹ ਪਬਜੀ ਗੇਮ ਜਿਹੜੀ ਆ ਉਹ ਭਾਰੂ ਪਈ ਹੈ ਉਹ ਕਿਵੇਂ ਸਾਰੀ ਇਹਨਾਂ ਤੋਂ ਜਾਣਾਂਗੇ ਕਿ ਕੀ ਕੁਝ ਹੋਇਆ ਇਸ ਪਰਿਵਾਰ ਦੇ ਨਾਲ ਪਬਜੀ ਗੇਮ ਕਰਕੇ ਸਭ ਤੋਂ ਪਹਿਲਾਂ ਅਸੀਂ ਜਾਨਣਾ ਚਾਹਾਂਗੇ ਕਿ ਪਬਜੀ ਗੇਮ ਜਿਹੜੀ ਆ ਉਸ ਦੇ ਨਾਲ ਕੀ ਨੁਕਸਾਨ ਹੋਇਆ ਔਰ ਕਿਵੇਂ ਹੋਇਆ ਇਹ ਸਭ ਸਰ ਪਬਜੀ ਗੇਮ ਤੇ ਬੰਦ ਹੋਣੀ ਚਾਹੀਦੀ ਹੈ ਸਾਡੇ ਵੱਲੋਂ ਕਿਉਂਕਿ ਸਾਡਾ ਅੱਜ ਦੀ ਡੇਟ ਦੇ ਵਿੱਚ ਪੂਰੀ ਜਿੰਨੀ ਸੰਪਤੀ ਸੀ ਸਾਡੇ ਕੋਲ 16 ਲੱਖ ਰੁਪਇਆ 16 ਲੱਖ ਰੁਪਇਆ ਉਹ ਸਾਡਾ ਸਾਡੇ ਬੱਚੇ ਨੇ ਬਰਬਾਦ ਕਰਤਾ ਤੇ ਆ ਸਾਡੇ ਕੋਲ ਸਟੇਟਮੈਂਟਾਂ ਪਈਆਂ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਆ ਲਾਕਡਾਊਨ ਦੇ ਦੌਰਾਨ ਇਹ ਬੱਚੇ ਨੇ ਗਲਤੀ ਕੀਤੀ ਹੈ ਮੈਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵੀ ਇਹ ਪਬਜੀ ਗੇਮ ਬੰਦ ਹੋਣੀ ਚਾਹੀਦੀ ਹੈ ਤੇ ਬਾਕੀ ਲੋਕ ਆਪਣੇ ਜਿੰਨੇ ਵੀ ਹੈ ਉਹ ਆਪਣੀ ਸਟੇਟਮੈਂਟਾਂ ਕਢਾਉਣ ਤੇ ਬੱਚਿਆਂ ਤੇ ਉੱਪਰ ਨਿਗਰਾਨੀ ਰੱਖਣ ਤੇ ਆਪਣੇ ਅਕਾਊਂਟ ਬੱਚਿਆਂ ਨੂੰ ਨਾ ਦੇਣ ਕਿਵੇਂ ਹੋਇਆ ਇਹ ਸਭ ਅਸੀਂ ਜਾਨਣਾ ਚਾਹਾਂਗੇ ਕਿਉਂਕਿ ਪਬਜੀ ਗੇਮ ਜਿਹੜੀ ਆ ਉਹ ਅਕਸਰ ਕਿਹਾ ਜਾਂਦਾ ਹੈ ਕਿ ਸਿਰਫ ਔਰ ਸਿਰਫ ਬੱਚਾ ਜਿਹੜਾ ਉਸ ਤੇ ਬਿਜ਼ੀ ਰਹਿੰਦਾ ਆਪਣਾ ਸਮਾਂ ਬਰਬਾਦ ਕਰਦਾ ਆ ਪਰ ਇਹ ਸਭ ਕਿ ਹੋ ਗਿਆ ਕਿ ਤੁਹਾਡਾ ਜਿਹੜਾ 16 ਲੱਖ ਰੁਪਇਆ ਉਹ ਖਾਤੇ ਦੇ ਵਿੱਚੋਂ ਗਾਇਬ ਹੋ ਗਿਆ ਔਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਿਆ ਹਾਲਾਂਕਿ ਬੱਚਾ ਇਹ ਸਭ ਜਾਣਦਾ ਸੀ ਸਰ ਮੈਂ 1 ਮਹੀਨੇ ਵਾਸਤੇ ਮੈਨੂੰ ਮਹਿਕਮੇ ਵੱਲੋਂ ਲਾਕਡਾਊਨ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਮੈਨੂੰ ਉੱਥੇ ਰਹਿਣਾ ਪੈ ਗਿਆ ਮਹਿਕਮੇ ਦੇ ਵਿੱਚ ਮਰਿਆ ਉਸ ਦਰਾਂ ਦੇ ਵਿੱਚ ਬੱਚੇ ਨੇ ਕੀ ਕੀਤਾ ਵੀ ਜਿਵੇਂ ਆਪਾਂ ਬੱਚੇ ਨੂੰ ਦੇ ਦਿੰਨੇ ਆ ਕਿ ਵੀ ਤੂੰ ਇਹ ਸਾਡੀ ਪੇਮੈਂਟ ਕਰ ਦੇ ਕੋਈ ਬਿੱਲ ਭਰਨਾ ਹੈ ਬਿਜਲੀ ਦਾ ਦੇਣਾ ਹੀ ਪੈਂਦਾ ਬੱਚੇ ਨੂੰ ਤੇ ਕੋਈ ਤੁਹਾਡਾ ਕਿਸ਼ਤ ਚੱਲ ਰਹੀ ਆ ਆਪਾਂ ਕਹਿੰਨੇ ਬੱਚੇ ਨੂੰ ਇਹ ਭਰ ਦੇ ਤੇ ਉਹ ਬੱਚੇ ਨੇ ਨਜਾਇਜ਼ ਫਾਇਦਾ ਉਠਾਉਂਦੇ ਨੇ ਉਹ ਸਾਡੇ ਨਾਲ ਕੀਤਾ ਵੀ ਮਤਲਬ ਕਿ ਬੈਂਕ ਚੋਂ ਪੈਸੇ ਕਢਾਉਂਦਾ ਰਿਹਾ ਤੇ ਆਪਣੀ ਪਬਜੀ ਗੇਮ ਖੇਡਦਾ ਰਿਹਾ ਉਹਦੇ ਚ ਕੀ ਕਰਦਾ ਸੀਗਾ ਜਿੱਦਾਂ ਕਿ ਜੈਕਟ ਖਰੀਦ ਲਈ ਕੋਈ ਗਨ ਖਰੀਦ ਲਈ ਕੋਈ ਗੱਡੀ ਖਰੀਦ ਲਈ ਜਾਂ ਗੱਡੀ ਨੂੰ ਮੋਡੀਫਾਈ ਕਰਾਤਾ ਜਾ ਉਹਦੇ ਟਾਇਰ ਪੂ ਵਾਲੇ ਨਵੇਂ ਉਹ ਐਦਾਂ ਕਰਦੇ ਰਿਹਾ ਬਸ ਇਹਦੇ ਵਿੱਚੇ ਪੈਸਾ ਗਿਆ ਸਾਡੇ ਸਾਰਾ ਇਹ ਚੀਜ਼ ਪਹਿਲਾਂ ਨਹੀਂ ਪਤਾ ਸੀ ਤੁਹਾਨੂੰ ਕਿ ਜਿਹੜੇ ਬੱਚਾ ਇਹ ਗੇਮ ਖੇਡਦਾ ਹੈਗਾ ਉਹਦੇ ਵਿੱਚ ਇਹ ਸਭ ਕੁਝ ਵੀ ਹੁੰਦਾ ਆ ਉਸ ਪੈਸੇ ਦੇ ਨਾਲ ਚੀਜ਼ਾਂ ਉਸ ਦੇ ਵਿੱਚ ਖਰੀਦੀਆਂ ਜਾਂਦੀਆਂ ਜਾਂ ਫਿਰ ਜਿਹੜੇ ਉਸ ਦੇ ਯਾਰ ਦੋਸਤ ਆ ਉਹ ਇਹਨਾਂ ਚੀਜ਼ਾਂ ਦੇ ਬਾਰੇ ਉਹਨੂੰ ਦੱਸਦੇ ਆ ਔਰ ਬੱਚਾ ਬਿਨਾਂ ਕਿਸੇ ਸੋਚੀ ਸਮਝੇ ਉਹ ਪੈਸਾ ਜਿਹੜਾ ਉਹ ਖਰਾਬ ਕਰ ਰਿਹਾ ਸਰ ਸਾਨੂੰ ਨਹੀਂ ਸੀ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਸਿਰਫ ਸਾਨੂੰ ਇਹ ਪਤਾ ਸੀਗਾ ਵੀ ਬੱਚਾ ਆਪਣਾ ਟਾਈਮ ਖਰਾਬ ਕਰ ਰਿਹਾ ਸਾਡੇ ਮਨ ਦੇ ਵਿੱਚ ਇਹ ਸੀਗਾ ਕਿ ਬੱਚਾ ਆਪਣਾ ਟਾਈਮ ਖਰਾਬ ਕਰ ਰਿਹਾ ਅਸੀਂ ਉਹਨੂੰ ਪੜ੍ਹਨ ਵਾਸਤੇ ਕਹਿੰਦੇ ਸੀਗੇ ਲੇਕਿਨ ਉਹ ਲੱਗੇ ਰਹਿੰਦਾ ਸੀਗਾ ਰਾਤ ਨੂੰ ਵੀ ਤਕਰੀਬਨ ਤੜਕੇ 4 ਵਜੇ ਬੰਦ ਕਰਦਾ ਸੀ ਗੇਮ ਨੂੰ ਤੇ ਅਸੀਂ ਰੋਕਦੇ ਸੀਗੇ ਤੇ ਸਾਡੇ ਗੁੱਸੇ ਵੀ ਹੋਣਾ ਮਮਾ ਤੇ ਕਿਉਂਕਿ ਮੇਰੇ ਤੋਂ ਤਾਂ ਡਰਦਾ ਸੀਗਾ ਮਮਾ ਤਾਂ ਡਰਦਾ ਨਹੀਂ ਸੀਗਾ ਉਹਨੇ ਰੋਕਣਾ ਤੇ ਨਹੀਂ ਰੁਕਣਾ ਉਹਨੇ ਰੁਕਿਆ ਨਹੀਂ ਜੀ ਹਾਂਜੀ ਕਿੰਝ ਪਤਾ ਲੱਗਿਆ ਕਿ ਸਾਰੇ ਪੈਸੇ ਜਿਹੜੇ ਆ ਉਹ ਚਲੇ ਗਏ ਸਰ ਮੈਂ ਬੈਂਕ ਚੋਂ ਕੈਨਰਾ ਬੈਂਕ ਹੈ ਮੈਂ ਪਹਿਲਾਂ ਤਾਂ ਕੈਨਰਾ ਬੈਂਕ ਦੀ ਬਹੁਤ ਗਲਤ ਮਿਸਟੇਕ ਸਮਝਦਾ ਬਹੁਤ ਵੱਡੀ ਮਿਸਟੇਕ ਅਸੀਂ ਕਈ ਲੋਕਡਾਊਨ ਦੇ ਦੌਰਾਨ ਉਹਨਾਂ ਕੋਲ ਤਿੰਨ ਚਾਰ ਵਾਰ ਗਏ ਵੀ ਕੋਈ ਸਾਡੀ ਸਟੇਟਮੈਂਟ ਸਾਡੇ ਕੋਈ ਕਾਪੀ ਨੂੰ ਕੀਤਾ ਜਾਵੇ ਵੀ ਤਾਂ ਜੋ ਕਿ ਸਾਨੂੰ ਕੋਈ ਪਤਾ ਲੱਗੇ ਸਾਡੇ ਕੋ ਕਿੰਨੇ ਪੈਸੇ ਕੀ ਹਿਸਾਬ ਤੱਕ ਉਹਨਾਂ ਨੇ ਸਾਨੂੰ ਜਦੋਂ ਵੀ ਅਸੀਂ ਗਏ ਉਹਨਾਂ ਨੇ ਸਿਰਫ ਇਹ ਬਹਾਨਾ ਲਾਇਆ ਸਾਡਾ ਅੱਜ ਪ੍ਰਿੰਟਰ ਖਰਾਬ ਹੈ ਸਾਡੇ ਕੋ ਸਟਾਫ ਨਹੀਂ ਅੱਜ ਕਰੋਨਾ ਹੈ ਤੁਸੀਂ ਨਹੀਂ ਆ ਸਕਦੇ ਅੰਦਰ ਸਾਨੂੰ ਐਦਾਂ ਕਰਕੇ ਵਾਪਸ ਕਰਦੇ ਰਹੇ ਫਿਰ ਜਿੱਦਣ ਲਾਸਟ ਦੇ ਵਿੱਚ ਸਾਨੂੰ ਪੈਸਾ ਸਾਡਾ ਖਤਮ ਹੋ ਚੁੱਕਿਆ ਸੀਗਾ ਅਸੀਂ ਸਪੈਸ਼ਲ ਗਏ ਵੀ ਚਲੋ ਸਾਨੂੰ ਕੋਈ ਮੈਂ ਥੋੜਾ ਜਿਹਾ ਮਤਲਬ ਗਰਮ ਸੁਭਾ ਨਾਲ ਬੋਲਿਆ ਉਹਨਾਂ ਨੂੰ ਮੈਂ ਕਿਹਾ ਯਾਰ ਤੁਸੀਂ ਬੈਂਕ ਖੋ ਰੱਖਿਆ ਕੋਈ ਸਟੇਟਮੈਂਟ ਕੋਈ ਸਾਨੂੰ ਕੁਝ ਤਾਂ ਦੋ ਸਾਨੂੰ ਪਤਾ ਲੱਗੇ ਸਾਡੇ ਪੈਸੇ ਬੈਂਕ ਚ ਕੀ ਹੈ ਲੇਕਿਨ ਉਸ ਟਾਈਮ ਉਹਨਾਂ ਨੇ ਸਾਨੂੰ ਸਟੇਟਮੈਂਟ ਕੱਢ ਕੇ ਦਿੱਤੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ 13 ਲੱਖ ਰੁਪਏ ਉਹ ਕਹਿੰਦੇ 11-12 ਹਜ਼ਾਰ ਰੁਪਏ ਦੇ ਵਿੱਚ ਸਾਰੇ ਅੱਛਾ ਹਾਂਜੀ ਫਿਰ ਤੁਸੀਂ ਉਹਨਾਂ ਨੂੰ ਅੱਗੇ ਸਵਾਲ ਕੀਤਾ ਹੋਣਾ ਕਿ ਸਾਡਾ ਪੈਸਾ ਗਿਆ ਕਿੱਧਰ ਕੋਈ ਜਵਾਬ ਦਿੱਤਾ ਗਿਆ ਉਹਨਾਂ ਦੇ ਵੱਲੋਂ ਸਰ ਉਹ ਕਹਿੰਦੇ ਵੀ ਕਿਸੇ ਉਹ ਚ ਲੱਗ ਰਿਹਾ ਸੀ ਚੈੱਕ ਕਰਨੇ ਚੈੱਕ ਕਰ ਰਹੇ ਤੇ ਫਿਰ ਮੈਂ ਸਮ ਮੇਰੇ ਦਿਮਾਗ ਤਾਂ ਉਸੇ ਟਾਈਮ ਖੜਕ ਗਿਆ ਸੀਗਾ ਵੀ ਮੇਰੇ ਬੱਚੇ ਨੇ ਖਰਾਬ ਕੀਤਾ ਉਹ ਪੈਸਾ ਗਿਆ ਵੀ ਮੇਰੇ ਕੋਲ ਨਹੀਂ ਪੈਸਾ ਹੋ ਮੈਂ ਖਤਮ ਹੋ ਚੁੱਕਿਆ ਮੈਂ ਦੁਬਾਰਾ ਫੋਨ ਕੀਤਾ ਤੇ ਇੱਕ ਅਕਾਊਂਟ ਹੋਰ ਸੀਗਾ ਸਾਡਾ SBI ਦੇ ਵਿੱਚ 3.5 ਲੱਖ ਰੁਪਏ ਉਹਦੇ ਸੀਗਾ ਮੈਂ ਬੱਚੇ ਨੂੰ ਫੋਨ ਕੀਤਾ ਉਸੋਂ ਉੱਥੇ ਖੜੇ ਖੜੇ ਨਹੀਂ ਵੀ ਇਹ ਤੂੰ ਖਰਾਬ ਕਰਤਾ ਉਹ ਕਹਿੰਦਾ ਸੌਰੀ ਪਾਪਾ ਮੇਨੂੰ ਖਰਾਬ ਹੋ ਗਿਆ ਮੈਂ ਕਿਹਾ ਕਿ ਤੂੰ ਇਹ ਤਾਂ ਹੋ ਗਿਆ ਦੂਜਾ 10 ਵੀ ਦੂਜੇ ਅਕਾਊਂਟ ਦਾ ਕੀ ਕੀਤਾ ਉਹ ਕਹਿੰਦਾ ਉਹ ਵੀ ਖਤਮ ਹੋ ਗਿਆ ਜੀ ਤੇ ਉਸ ਟਾਈਮ ਸਾਡੇ ਪੈਰਾਂਥ ਲੋ ਜਮੀਨੋਂ ਤੇ ਨਿਕਲ ਗਈ ਤੇ ਸਾਡਾ ਨਾ ਤਾਂ ਕੋਈ ਕਰਨ ਨੂੰ ਜਲ ਕਰਿਆ ਅਸੀਂ ਨਾ ਤਾਂ ਉਹਨੂੰ ਘੂਰ ਸਕਦੇ ਆ ਨਾ ਬੱਚੇ ਨੂੰ ਮਾਰ ਸਕਦੇ ਆ ਕੀ ਕਰ ਸਕਦੇ ਆ ਕੁਝ ਨਹੀਂ ਕਰ ਸਕਦੇ ਬੱਚੇ ਦਾ ਕੁਝ ਨਹੀਂ ਹੋ ਸਕਦਾ ਬਿਲਕੁਲ ਇਹ ਮਾਪੇ ਕਿਤੇ ਨਾ ਕਿਤੇ ਭਰੇ ਮਨ ਦੇ ਨਾਲ ਇਹੀ ਗੱਲ ਕਹਿ ਰਹੇ ਆ ਕਿ ਇਹਨਾਂ ਦੀ ਸਾਰੀ ਉਮਰ ਦੀ ਜਿਹੜੀ ਕਮਾਈ ਸੀ ਸਾਰੀ ਉਮਰ ਦੀ ਜਿਹੜੀ ਇਹਨਾਂ ਨੇ ਪੂੰਜੀ ਜੋੜੀ ਸੀ ਉਹ ਪਲਕ ਝਪਦਿਆਂ ਜਿਹੜੀ ਆ ਉਹ ਖਾਲੀ ਹੋ ਗਈ ਹੈ ਖਾਤੇ ਦੇ ਵਿੱਚੋਂ ਜਿਹੜੇ ਪੈਸੇ ਆ 16 ਲੱਖ ਰੁਪਇਆ ਕੋਈ ਛੋਟੀ ਰਕਮ ਨਹੀਂ ਹੁੰਦੀ ਇਸ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਉਹ ਜ਼ਿੰਦਗੀ ਦੀਆਂ ਜਾਂ ਫਿਰ ਕਹ ਲਈਏ ਕਿ ਘਰ ਦੇ ਵਿੱਚ ਜੋ ਲੋੜੀਆਂ ਦੀਆਂ ਹੁੰਦੀਆਂ ਨੇ ਉਹ ਆ ਸਕਦੀਆਂ ਨੇ ਪਰ ਜੇ ਇੱਕ ਬੱਚੇ ਦੀ ਗਲਤੀ ਦੇ ਨਾਲ ਅਜਿਹਾ ਸਭ ਕੁਝ ਹੋ ਜਾਵੇ ਤਾਂ ਉਹ ਫਿਰ ਬਰਦਾਸ਼ਤ ਤੋਂ ਬਾਹਰ ਹੁੰਦਾ ਵੀ ਨਜ਼ਰ ਆਉਂਦਾ ਹੈ ਮਾਪਿਆਂ ਨੂੰ ਇਹੀ ਸੁਨੇਹਾ ਦੇ ਰਿਹਾ ਕਿ ਜੇਕਰ ਤੁਹਾਡੇ ਵੀ ਬੱਚੇ ਪਬਜੀ ਦੇ ਐਡਿਕਟ ਨੇ ਜੇਕਰ ਪਬਜੀ ਤੋਂ ਉਹਨਾਂ ਦਾ ਧਿਆਨ ਨਹੀਂ ਹਟਦਾ ਤਾਂ ਫਿਰ ਤੁਸੀਂ ਵੀ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਜੋ ਇਹਨਾਂ ਦੇ ਨਾਲ ਹੋਇਆ ਉਹ ਤੁਹਾਡੇ ਨਾਲ ਵੀ ਕੱਲ ਨੂੰ ਹੋ ਸਕਦਾ ਕੈਮਰਾਮੈਨ ਰਜਿੰਦਰ ਦੇ ਨਾਲ ਮਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਪੰਜਾਬ